ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਅੱਜ ਮਿਤੀ 17 ਸਤੰਬਰ ਨੂੰ ਪੰਜਾਬ ਦੇ ਮਨਰੇਗਾ ਕਰਮਚਾਰੀ ਯੂਨੀਅਨ ਦੇ ਸੱਦੇ ਉੱਪਰ ਬਲਾਕ ਰੁੜਕਾ ਕਲਾਂ ਵਿੱਚ ਮਨਰੇਗਾ ਕਰਮਚਾਰੀਆਂ ਵੱਲੋਂ ਕੀਤੀ ਹੜਤਾਲ ਅੱਜ ਦੂਸਰੇ ਦਿਨ ਵਿੱਚ ਸ਼ਾਮਲ ਹੋ ਗਈ। ਕਰਮਚਾਰੀਆਂ ਵੱਲੋਂ ਅੱਜ ਵੀ ਕੰਮ ਠੱਪ ਕੀਤਾ ਗਿਆ। ਇਸ ਮੌਕੇ ਬੋਲਦਿਆਂ ਬਲਾਕ ਪ੍ਰਧਾਨ ਵਿਨੋਦ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਅਜੇ ਤੱਕ ਮੰਗਾਂ ਮੰਨਣੀਆਂ ਤਾਂ ਦੂਰ, ਸੂਬਾ ਜਥੇਬੰਦੀ ਨਾਲ ਸੰਪਰਕ ਤੱਕ ਨਹੀਂ ਕੀਤਾ ਗਿਆ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਦੀਆਂ ਨੀਤੀਆਂ ਮੁਲਾਜ਼ਮ ਵਿਰੋਧੀ ਹਨ। ਇਹ ਸਰਕਾਰ ਨੂੰ ਸਿਰਫ ਤੇ ਸਿਰਫ ਵੋਟਾਂ ਤੱਕ ਮਤਲਬ ਸੀ। ਜੇਕਰ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਸੂਬਾ ਪੱਧਰ ਤੇ ਰੱਖਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਆਉਣ ਵਾਲੀਆਂ ਚੋਣਾਂ ਵਿੱਚ ਇਸ ਸਰਕਾਰ ਦੇ ਝੂਠੇ ਲਾਰਿਆਂ ਦੇ ਭਾਂਡੇ ਭੰਨੇ ਜਾਣਗੇ। ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਪੇ ਸਕੇਲ ਦੇ ਕੇ ਪੱਕੇ ਕਰਨਾ, TA/DA ਮੋਬਾਈਲ ਭੱਤਾ, ਪੈਟਰੋਲ ਭੱਤਾ, ਮੈਡੀਕਲ ਭੱਤਾ ਲਾਗੂ ਕਰਨਾ, ਮਾਨਯੋਗ ਸੁਪਰੀਮ ਕੋਰਟ ਦਾ ਆਦੇਸ਼, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨਾ ਅਤੇ EPF ਆਦਿ ਹਨ। ਇਸ ਮੌਕੇ APO ਨੀਰਜ ਬਾਲਾ, TA ਜਤਿੰਦਰ ਮੋਹਨ, CA ਰਚਨਾ, ਸੋਮਨਾਥ GRS, ਹਰਮਿੰਦਰ GRS, ਮਨਦੀਪ GRS, ਸੰਜੀਵ ਕੁਮਾਰ GRS ਆਦਿ ਹਾਜ਼ਰ ਸਨ। ਮੈਂ ਬਲਾਕ ਪ੍ਰਧਾਨ ਰੁੜਕਾ ਕਲਾਂ ਪੰਜਾਬ ਯੂਨੀਅਨ ਦੇ ਸੱਦੇ 'ਤੇ ਅੱਜ ਬਲਾਕ ਰੁੜਕਾ ਕਲਾਂ ਵਿੱਚ ਬਲਾਕ ਪੱਧਰੀ ਕਲਮਛੋੜ ਹੜਤਾਲ 16 ਤੋਂ 18 ਤੱਕ ਬਲਾਕ ਪੱਧਰ 'ਤੇ ਅਤੇ 19 ਤੋਂ 20 ਨੂੰ ਜ਼ਿਲ੍ਹਾ ਪੱਧਰ 'ਤੇ ਧਰਨੇ ਦਿੱਤੇ ਜਾਣਗੇ। ਅਤੇ ਸਰਕਾਰ ਸਾਡੀਆਂ ਮੰਗਾਂ ਫਿਰ ਵੀ ਨਹੀਂ ਮੰਨੇਗੀ ਤਾਂ ਇਸ ਤੋਂ ਸਟੇਟ ਪੱਧਰ 'ਤੇ ਧਰਨੇ ਦਿੱਤੇ ਜਾਣਗੇ, ਜਿਨ੍ਹਾਂ ਵਿੱਚੋਂ ਸਾਡੀਆਂ ਮੁੱਖ ਮੰਗਾਂ ਹੈਗੀਆਂ ਸਰਕਾਰੀ ਮੁਲਾਜ਼ਮਾਂ ਵਾਂਗੂ ਸਾਰੀਆਂ ਸਹੂਲਤਾਂ ਸਾਨੂੰ ਦੇਣੀਆਂ, EPF ਸਿਸਟਮ ਲਾਗੂ ਕਰਨਾ, ਮੈਡੀਕਲ ਸਹੂਲਤਾਂ ਦੇਣੀਆਂ ਅਤੇ ਸਾਨੂੰ ਪੂਰੇ ਤੌਰ 'ਤੇ ਰੈਗੂਲਰ ਕਰਨਾ। ਪੰਜਾਬ ਸਰਕਾਰ ਸਾਨੂੰ ਕਰ ਸਕਦੀ ਹੈ, ਜੇ ਐਸਾ ਨਹੀਂ ਕਰਦੀ ਇੰਨੇ ਕਰਨ 'ਤੇ ਵੀ ਸੜ ਕੇ ਸਾਨੂੰ ਇਸ ਇੰਨੇ ਕਰਨ 'ਤੇ ਵੀ ਸਾਨੂੰ ਰੈਗੂਲਰ ਨਹੀਂ ਕਰ ਸਕਦੀ ਸਰਕਾਰ, ਅਤੇ ਅਸੀਂ ਇਸ ਤੋਂ ਵੀ ਵੱਡੇ ਪੱਧਰ 'ਤੇ ਹੜਤਾਲਾਂ ਕਰਾਂਗੇ, ਚੱਕੇ ਜਾਮ ਕੀਤੇ ਜਾਣਗੇ।